ਪਾਣੀ ਦੇ ਕਨੈਕਸ਼ਨ ਸੰਬੰਧੀ ਨੋਟਿਸ ਹੈ ਜੀ ਅਤੇ 8787 ਰੁਪਏ ਬਿੱਲ ਆਇਆ ਹੋਇਆ 1/4/19 1 ਅਪ੍ਰੈਲ 2019 ਨੂੰ ਮੈਂ ਇੱਥੇ ਲਹਿਰੇ ਦੇ ਵਿੱਚ ਬਾਊਪੁਰ ਪਿੰਡ ਬਲਾਕ ਅੰਦਾਣਾ ਦੇ ਵਿੱਚ ਅਸੀਂ ਪਹੁੰਚੇ ਹਾਂ ਅਤੇ ਤੁਸੀਂ ਦੇਖੋ ਵੀ ਸਾਡੇ ਨਾਲ ਜੋ ਇਹ ਕਿਸਾਨ ਨੇ ਇਹਨਾਂ ਦੇ ਬੇਟੇ ਦੀ ਹੁਣੀ ਡੈਥ ਹੋ ਗਈ ਸੀ ਪਿਛਲੇ ਹਫ਼ਤੇ ਅਤੇ ਇਹਨਾਂ ਦਾ ਦੁੱਖ ਸਾਂਝਾ ਕਰਨ ਆਏ ਸੀ ਅਤੇ ਇਹਨਾਂ ਨੇ ਸਾਨੂੰ ਦੱਸਿਆ ਕਿ ਪਾਣੀ ਦਾ ਬਿੱਲ ਇੰਨਾ ਜ਼ਿਆਦਾ ਆਇਆ ਹੋਇਆ ਇੱਕ ਗਰੀਬ ਆਦਮੀ ਤੁਸੀਂ ਘਰ ਦੀ ਹਾਲਤ ਦੇਖ ਸਕਦੇ ਹੋ ਘਰ ਦੀ ਹਾਲਤ ਦੇਖ ਕੇ ਤੁਹਾਨੂੰ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਗਰੀਬ ਪਰਿਵਾਰ 8787 ਰੁਪਏ ਕਿੱਥੋਂ ਪੇ ਕਰੂਗਾ ਪਾਣੀ ਦਾ ਬਿੱਲ ਜਿਸ ਦੇਸ਼ ਦੇ ਵਿੱਚ ਜਿਸ ਪੰਜਾਬ 'ਚ ਸ਼ਰਮ ਦੀ ਗੱਲ ਹੈ ਕਿ ਪਾਣੀ ਵੀ ਫ੍ਰੀ ਨਹੀਂ ਬੰਦਾ ਪਾਣੀ ਵੀ ਨਹੀਂ ਪੀ ਸਕਦਾ ਗਰੀਬ ਆਦਮੀ ਹੁਣ ਪਾਣੀ ਦੇ ਵੀ ਪੈਸੇ ਦੇਊਗਾ ਸ਼ਹਿਰਾਂ 'ਚ ਤਾਂ ਬਿਸਲੇਰੀ ਮਿਲਦੀ ਹੈ ਅਤੇ ਹੋਰ ਕੋਈ ਕਿੰਨਲੇ ਪੀ ਲਓ ਆਹ ਪੀ ਲਓ ਉਹ ਪੀ ਲਓ ਯਾਰ ਗਰੀਬ ਇਨਸ ਆ ਤੁਸੀਂ ਦੇਖ ਸਕਦੇ ਹੋ ਘਰ ਦੀ ਹਾਲਤ ਤੁਹਾਨੂੰ ਦਿਖਾ ਦਿੰਦੇ ਹਾਂ ਇਹ ਕੋਈ ਕਿਵੇਂ 8787 ਰੁਪਇਆ ਪੇ ਕਰ ਦੂਗਾ ਇਹ ਹੈ ਕਾਂਗਰਸ ਸਰਕਾਰ ਇਹ ਹੈ ਕੈਪਟਨ ਦੀ ਸਰਕਾਰ ਅਤੇ ਤੁਸੀਂ ਇੱਥੇ ਆ ਜਾਓਗੇ ਭਾਅ ਜੀ ਤੁਸੀਂ ਕੀ ਦੱਸਣਾ ਚਾਹੋਗੇ ਸਭ ਦੇ ਹੀ ਘਰੇ ਇੰਨਾ ਪਾਣੀ ਦਾ ਬਿੱਲ ਆ ਰਿਹਾ ਇਹ ਸਭ ਦੇ ਆ ਰਿਹਾ ਜਿਨ੍ਹਾਂ ਦੇ ਵੀ ਖਾਤੇ ਬਣੇ ਨੇ ਉਹਨਾਂ ਸਭ ਦੇ 10,000 ਤੋਂ ਘੱਟ ਕਿਸੇ ਦਾ ਬਿੱਲ ਨਹੀਂ ਹੈ ਅਤੇ ਕੀ ਇਹ ਗਰੀਬ ਆਦਮੀ ਇੰਨਾ ਬਿੱਲ ਦੇ ਸਕਦਾ ਜੀ ਉਰੇ ਬਿਲਕੁਲ ਨਹੀਂ ਦੇ ਸਕਦਾ ਜੀ ਰੁਜ਼ਗਾਰ ਤਾਂ ਮੈਂ ਦੇਖਿਆ ਰੁਜ਼ਗਾਰ ਕਿਸੇ ਕੋਲ ਹੈ ਨਹੀਂ ਕੋਈ ਆਪਣਾ ਜੋ ਖੁੱਲ੍ਹ ਕੇ ਦੱਸਣਾ ਦੁਨੀਆ ਨੂੰ ਦੱਸੋ ਪਤਾ ਤਾਂ ਲੱਗੇ ਵੀ ਕੀ ਹਾਲਾਤ ਨੇ ਹਾਲਾਤ ਬਹੁਤ ਮੰਦ ਭਾਗੇ ਬਹੁਤ ਮਾੜੇ ਹਾਲਾਤ ਨੇ ਕਿਸੇ ਕੋਲ ਕੋਈ ਰੁਜ਼ਗਾਰ ਦਾ ਸਾਧਨ ਨਹੀਂ ਹੈ ਅਤੇ ਜਿਹੜੀ ਕਾਂਗਰਸ ਸਰਕਾਰ ਨੇ ਘਰ ਘਰ ਨੌਕਰੀ ਦਾ ਜਿਹੜਾ ਵਾਅਦਾ ਕੀਤਾ ਸੀਗਾ ਉਹ ਇੱਕ ਵੀ ਪੂਰਾ ਨਹੀਂ ਕੀਤਾ ਸਰਕਾਰ ਨੇ ਉਲਟ ਗਰੀਬਾਂ ਨੂੰ ਮਾਰਨ ਦਾ ਕੰਮ ਕਰ ਰਹੀ ਹੈ ਇਹ ਤੁਹਾਨੂੰ ਇੱਥੇ ਜਿੰਨੇ ਬੰਦੇ ਮਿਲਦੇ ਆ ਉਰੇ ਔਸਤਨ ਆਮਦਨੀ ਪਰਿਵਾਰ ਦੀ ਕਿੰਨੀ ਹੁੰਦੀ ਹੋਣੀ ਇੱਕ ਬੰਦਾ ਮਹੀਨੇ ਦੇ ਕਿੰਨੇ ਰੁਪਏ ਕਮਾ ਲੈਂਦਾ ਵਾ ਉਰੇ ਪ੍ਰੋਪਰ ਜ਼ਿਆਦਾ ਤੋਂ ਜ਼ਿਆਦਾ 1800-2000 ਰੁਪਏ ਮਸਾਂ ਕਮਾਈ ਹੁੰਦੀ ਹੈ ਬਸ ਇੱਕ ਮਹੀਨੇ ਦਾ ਇੱਕ ਮਹੀਨੇ ਦਾ ਰੁਜ਼ਗਾਰ ਦਾ ਸਾਧਨ ਹੈ ਨਹੀਂ ਇਹ ਪਿੰਡ 'ਚ ਕੋਈ ਕੋਈ ਨੌਕਰੀ ਨਹੀਂ ਦੇ ਰੱਖੀ ਹੈ ਕੋਈ ਸਾਧਨ ਨਹੀਂ ਦਿੱਤਾ ਕੋਈ ਰੁਜ਼ਗਾਰ ਦਾ ਸੋ ਤੁਸੀਂ ਦੇਖ ਸਕਦੇ ਹੋ ਵੀ ਇੱਕ ਪਰਿਵਾਰ ਜਿਹੜਾ ਹੈਗਾ ਉਹ 1800-2000 ਰੁਪਇਆ ਬੜੇ ਮੁਸ਼ਕਲ ਨਾਲ ਕਮਾਉਂਦਾ ਇੱਥੇ ਲਹਿਰੇ ਦੇ ਪਿੰਡਾਂ 'ਚ ਮੈਂ ਆਇਆ ਹੋਇਆ ਜਿੱਥੇ ਪਹਿਲਾਂ ਭੱਠਲ ਵੀ MLA ਰਹੀ ਹੈ ਅਤੇ ਹੁਣ ਢੀਂਡਸਾ ਪਰਮਿੰਦਰ ਸਿੰਘ ਢੀਂਡਸਾ MLA ਨੇ ਇੱਥੋਂ ਭਾਈ ਜੀ ਕਿੰਨਾ ਕੁ ਦੁੱਖ ਪੁੱਛਿਆ ਉਹਨਾਂ ਨੇ ਤੁਹਾਡਾ ਉਰੇ ਆ ਕੇ ਕਦੇ ਬਾਈ ਜੀ ਕੋਈ ਦੁੱਖ ਨਹੀਂ ਕਦੇ ਪੁੱਛਿਆ ਪਿਛਲੇ 70 ਸਾਲਾਂ ਦੇ ਵਿੱਚੋਂ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਕਰਨ ਵਾਲਾ ਇਸ ਪਿੰਡ ਦੇ ਵਿੱਚ ਘੱਟ ਤੋਂ ਘੱਟ 40-50 ਕਨੈਕਸ਼ਨ ਜਿਹੜੇ ਟੁੱਟੀ ਦੇ ਸੀਗੇ ਕੁਛ ਪੱਟਦੇ ਮਹਿਕਮੇ ਵੱਲੋਂ ਅਤੇ ਕੁਛ ਹੋਰ ਪੱਟਣ ਲੱਗ ਰਿਹਾ ਲਾਉਣ ਦੀ ਬਜਾਏ ਪੱਟਣ ਲੱਗ ਰਿਹਾ ਅਮੀਰਾਂ ਦੇ ਘਰੇ ਤਾਂ ਸਮਰਸੀਬਲ ਬੋਰ ਹੈਗਾ ਉਹਨਾਂ ਦੇ ਘਰੇ ਦਾ ਆਰ ਓ ਵੀ ਹੈਗਾ ਗਰੀਬ ਜਿਹੜੇ ਕਿਸੇ ਦੀ ਬਾਲਟੀ ਭਰ ਕੇ ਲਿਆਉਂਦੇ ਆ ਉਹ ਵੀ ਝਿੜਕਦੇ ਆ ਲੋਕਾਂ ਨੂੰ ਜਿਹੜੇ 10-10 ਮੋਟਰਾਂ ਦੇ ਬਿੱਲ ਫਰੀ ਕਰ ਰੱਖੇ ਆ ਗਰੀਬਾਂ ਨੂੰ ਇੱਕ ਸਰਕਾਰ ਪਾਣੀ ਵੀ ਨਹੀਂ ਫਰੀ ਦੇ ਸਕਦੀ ਕਿੰਨੀ ਸ਼ਰਮ ਦੀ ਗੱਲ ਹੈ ਅਸੀਂ ਇਸ ਦੇਸ਼ ਦੇ ਨਾਗਰਿਕ ਕਿੱਥੋਂ ਅਸੀਂ ਮਾਣ ਕਰਾਂਗੇ ਭਾਰਤ ਦੇ ਕਿਤੇ ਅਸੀਂ ਦੇਸ਼ 'ਤੇ ਮਾਣ ਕਰਾਂਗੇ ਵੀ ਗਰੀਬਾਂ ਨੂੰ ਨਾ ਕੋਈ ਰੁਜ਼ਗਾਰ ਨਾ ਕੋਈ ਸਾਧਨ ਗਰੀਬੀ ਦਾ ਬਹੁਤ ਬੁਰਾ ਹਾਲ ਆ ਪਛੜਾ ਏਰੀਆ ਦਾ ਇਹ ਪਹਿਲਾਂ ਹੀ ਹੈ ਇੱਥੇ 25 ਸਾਲ ਬੀਬੀ ਭੱਠਲ MLA ਰਹੀ ਅਤੇ ਢੀਂਡਸਾ ਸਾਹਿਬ ਹੁਣ MLA ਹੈ ਪਰ ਪਿੰਡਾਂ ਦਾ ਅਸਲ ਦੇ ਵਿੱਚ ਵਿਕਾਸ ਕੋਈ ਵਿਕਾਸ ਨਹੀਂ ਕਦੇ ਹੋਇਆ ਮੋਦੀ ਨੇ ਦਲਿਤਾਂ ਦੀ ਇੰਨੀ ਬੁਰੀ ਹਾਲਤ ਕਰ ਰੱਖੀ ਹੈ ਕੈਪਟਨ ਨੇ ਕਦੇ ਸੁਣਵਾਈ ਨਹੀਂ ਕੀਤੀ ਪਿਛਲੇ 70 ਸਾਲਾਂ ਦੇ ਵਿੱਚੋਂ ਜਿੱਥੇ 70 ਸਾਲ ਪਹਿਲਾਂ ਗਰੀਬ ਖੜ੍ਹੇ ਸੀਗੇ ਉਸ ਤੋਂ ਵੀ ਜ਼ਿਆਦਾ ਬੁਰਾ ਹਾਲ ਹੈ ਔਰ ਅਸੀਂ ਕੀ ਆਖੀਏ ਅਬੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਕੀ ਕੋਈ ਹਾਲਤ ਸੁਧਰੀ ਹੈ ਪਿਛਲੇ 50 ਸਾਲਾਂ ਕੁਛ ਨਹੀਂ ਜੀ ਸੁਧਰੀ ਜਾਂ ਨਾ ਕੋਈ ਪੁੱਛਦਾ ਨਾ ਕੋਈ ਆਇਆ ਨਾ ਕੋਈ ਪੁੱਛਦਾ ਹੈ ਆਦ ਪਹਿਲਾਂ ਇੱਕ ਆਦਮੀ ਆਪ ਆਇਓ ਬਸ ਵੀ ਆ ਕੇ ਪੁੱਛਿਆ ਵੀ ਕਿਵੇਂ ਹੈ ਮਰਗੇ ਜਿਉਂਦੇ ਹੈ ਜੋ ਜਦਕਿ ਆ ਕਾਂਗਰਸ ਸਰਕਾਰ ਬਣੀ ਹੈ ਇਹ ਵੀ ਜਮੇ ਬੁਰਾ ਹਾਲ ਹੈ ਅਕਾਲੀਆਂ ਮੈਂ ਜਮੇ ਬੁਰਾ ਹਾਲ ਥਾ ਆਦ ਜਮੇ ਉਸੇ ਵੀ ਜ਼ਿਆਦਾ ਬੁਰਾ ਹਾਲ ਹੋ ਗਿਆ ਪੀਣ ਦਾ ਪਾਣੀ ਕਿਸੇ ਦਾ ਅਮੀਰ ਆਦਮੀ ਕੇ ਜਾਈਏ ਬਾਲਟੀ ਪੁੱਠੀ ਚੁਕਾ ਦੇਂਗੇ ਉਰਾਂ ਟੁੱਟੀ ਹੈ ਟੁੱਟੀ ਕੇ ਬਿੱਲ ਮੰਗਿਆ 8-8 ਹਜ਼ਾਰ ਰੁਪਈਏ ਬਹੁਤ ਬੁਰਾ ਹਾਲ ਹੈ ਜੀ ਰੋਜ਼ ਕਹਿੰਦੇ ਹੈ ਆਵਾਂ ਡਾਂਟ ਠੋਕਦੇ ਹੈ ਬੰਦ ਕਰੋ ਜਿਸ ਨੇ
ਪੀਣ ਦਾ ਪਾਣੀ ਵੀ ਕਹਿੰਦੇ ਵੀ ਤੜਫ ਰਹੇ ਹੈ। ਜਿਤਨਾ ਪਿਛੜਾ ਇਲਾਕਾ ਕਹੇ ਕਰਦੇ ਇਸਨੇ ਉਸ 'ਤੇ ਵੀ ਜ਼ਿਆਦਾ ਪਿਛੜਾ ਕਰਦੀ ਆ। ਬੁਰਾ ਹਾਲ ਹੈ ਜੀ, ਹੋਰ ਕਿਆ ਕਹੇ ਜੀ, ਬੁਰਾ ਹਾਲ ਹੈ। ਕੋਈ ਸਰਕਾਰ ਦੀ ਮਦਦ ਨਹੀਂ ਹੈ ਕਿਸੇ ਤਰ੍ਹਾਂ ਦੀ। ਸੋ ਸਾਥੀਓ, ਅਸੀਂ ਦੁੱਖ ਵੰਡਾਉਣ ਆਏ ਸੀ ਇਸ ਪਿਤਾ ਦਾ, ਇੱਕ ਪਿਤਾ ਦਾ ਜਿਨ੍ਹਾਂ ਦਾ ਇੱਕ ਭਰਾ ਤੁਸੀਂ ਦੇਖ ਸਕਦੇ ਹੋ, ਜਿਨ੍ਹਾਂ ਨੇ ਇੱਕ ਭਰਾ ਆਹ ਨੇ, ਇੱਕ ਭਰਾ ਇਹਨਾਂ ਦਾ ਕੰਬਾਈਨ ਲੈ ਕੇ ਮੱਧ ਪ੍ਰਦੇਸ਼ ਗਿਆ ਸੀ ਅਤੇ ਉੱਥੇ ਉਹਦੀ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ। ਉਸ ਦੁੱਖ ਤੋਂ ਵੱਡਾ ਦੁੱਖ ਮੈਨੂੰ ਆਹ ਲੱਗ ਰਿਹਾ ਕਿ ਯਾਰ ਉਹਦਾ ਤਾਂ ਦੁੱਖ ਕੋਈ ਵੰਡਾਇਆ ਨਹੀਂ ਜਾ ਸਕਦਾ, ਪਰ ਜਿਹੜੇ ਬਾਕੀ ਪਿੱਛੇ ਬਚ ਗਏ, ਕੀ ਸਾਡੇ ਪੰਜਾਬ 'ਚ ਉਹ ਪਾਣੀ ਤੋਂ ਵੀ ਮੁਹਤਾਜ ਨੇ? ਇਹ ਪੰਜਾਬ, ਹਰਿਆ ਭਰਿਆ ਪੰਜਾਬ, ਇੱਥੇ ਲੋਕਾਂ ਨੂੰ ਪਾਣੀ ਵੀ ਨਸੀਬ ਨਹੀਂ ਹੋ ਰਿਹਾ। ਸੋ ਸੋਚਣ ਦੀ ਗੱਲ ਹੈ, ਪਾਰਟੀ ਪੱਧਰ ਤੋਂ ਉੱਪਰ ਉੱਠ ਕੇ, ਪਾਰਟੀਆਂ ਤੋਂ ਉੱਪਰ ਉੱਠ ਕੇ ਸਾਥੀਓ ਇਹ ਚੀਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਲੋਕਾਂ ਤੱਕ ਜਾਵੇ। ਸ਼ਾਇਦ ਕੋਈ ਜਿਹੜੇ ਇੱਥੋਂ ਦੇ MLA ਨੇ, ਪਰਮਿੰਦਰ ਸਿੰਘ ਢੀਂਡਸਾ, ਆਹ ਵੀਡੀਓ ਦੇਖਣ ਤੋਂ ਬਾਅਦ ਇਹਨਾਂ ਪਿੰਡਾਂ ਦੇ ਕਿਤੇ ਯਾਰ ਬਿੱਲ ਹੀ ਮਾਫ਼ ਕਰ ਦਿਉ, ਜਿਹੜੇ 8787 ਰੁਪਏ, 10-10 ਹਜ਼ਾਰ ਰੁਪਇਆ ਪਾਣੀ ਦਾ ਬਿੱਲ ਇਹ ਪਰਿਵਾਰ ਕਿੱਥੋਂ ਦਊਗਾ ਯਾਰ, ਨਹੀਂ ਦੇ ਸਕਦਾ ਬਾਈ। ਸੋ ਸ਼ੇਅਰ ਕਰਿਓ ਇਹਨਾਂ ਦਾ ਦਰਦ, ਐਜ਼ ਆ ਪੰਜਾਬੀ, ਐਜ਼ ਆ ਇਨਸਾਨ, ਐਜ਼ ਇਸ ਦੇਸ਼ ਦੇ ਨਾਗਰਿਕ, ਆਪਣੇ ਹੀ ਨਾਗਰਿਕ ਦਾ, ਆਪਣੇ ਭਰਾਵਾਂ ਦਾ ਆਪਾਂ ਦੁੱਖ ਵੰਡ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।